ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਬੱਚਿਓ ਸਵਾਗਤ ਹੈ ਚੈਨਲ ਵਿੱਚ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਲੇਖ ਮਦਰ ਟੇਰੇਸਾ ਮਦਰ ਟੇਰੇਸਾ ਇੱਕ ਮਹਾਨ ਸ਼ਖਸੀਅਤ ਹਨ ਤੇ ਇਹਨਾਂ ਦਾ ਜਿਹੜਾ ਮਤਲਬ ਜਨਮ ਹੈ ਉਹ 21 ਅਗਸਤ ਨੂੰ 1910 ਈਸਵੀ ਨੂੰ ਹੋਇਆ ਸੀ ਤੇ ਇੱਕ ਬਹੁਤ ਪ੍ਰਸਿੱਧ ਸਮਾਜ ਸੇਵਿਕਾ ਸਨ ਠੀਕ ਹੈ ਜੀ ਤੇ ਆਓ ਆਪਾਂ ਕਰਦੇ ਹਾਂ ਮਦਰ ਟੇਰੇਸਾ ਲੇਖ ਪਹਿਲਾਂ ਆਪਾਂ ਕਰਾਂਗੇ ਇਸ ਦੀ ਜਾਣ ਪਛਾਣ ਭਾਰਤਿਕ ਜਿਹਹਾ ਦੇਸ਼ ਜਿੱਥੇ ਸਮੇ ਸਮੇਤੇ अनेका ਹੀ ਮਹਾਂਪੁਰਖਾਂ ਨੇ ਜਨਮ ਲਿਆ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੇ ਕਲਿਆਣ ਲਈ ਲਗਾ ਦਿੱਤਾ ਇਨ੍ਹਾਂ ਮਹਾਂਪੁਰਖਾਂ ਵਿੱਚੋਂ ਮਦਰ ਟੇਰੇਸਾ ਦਾ ਨਾਮ ਵੀ ਮਾਣ ਨਾਲ ਲਿਆ ਜਾਵੇਗਾ ਜਿਨ੍ਹਾਂ ਨੇ ਆਪਣੇ ਅਨਥਕ ਸੇਵਾ ਨਾਲ ਸਾਰੀ ਮਨੁੱਖਤਾ ਦਾ ਦਿਲ ਜਿੱਤ ਲਿਆ ਇਨ੍ਹਾਂ ਦੇ ਪਿਆਰ ਭਰੇ ਰਵੱਈਏ ਕਾਰਨ ਹੀ ਇਹਨਾਂ ਨੂੰ ਮਦਰ ਕਿਹਾ ਜਾਂਦਾ ਹੈ ਅੱਗੇ ਇਹ ਜਨਮ ਅਤੇ ਬਚਪਨ ਮਦਰ ਟੇਰੇਸਾ ਦਾ ਜਨਮ 21 ਅਗਸਤ 1910 ਈਸਵੀ ਨੂੰ ਯੂਗੋਸਲਾਵੀਆ ਦੇ ਸਕੋਪ ਪੇਲੇ ਨਾਮਕ ਸਥਾਨ ਤੇ ਹੋਇਆ ਇਹਨਾਂ ਦਾ ਬਚਪਨ ਦਾ ਨਾਮ ਆਗਨਿਸ ਗੋਵਨਸਾ ਬਿਜ਼ਾਇਓ ਸੀ ਇਹਨਾਂ ਦੇ ਪਿਤਾ ਇੱਕ ਸਟੋਰ ਕੀਪਰ ਦੀ ਨੌਕਰੀ ਕਰਦੇ ਸਨ ਮਿਸ਼ਨਰੀਆਂ ਦੁਆਰਾ ਕੀਤੇ ਜਾਂਦੇ ਪਰਉਪਕਾਰ ਤੇ ਸੇਵਾ ਦੇ ਕੰਮਾਂ ਨੇ ਇਹਨਾਂ ਦੇ ਮਨ ਤੇ ਡੂੰਘਾ ਅਸਰ ਪਾਇਆ ਇਸ ਲਈ ਬਚਪਨ ਤੋਂ ਹੀ ਇਹਨਾਂ ਨੇ ਸੇਵਾ ਭਾਵਨਾ ਵੱਲ ਆਪਣੇ ਮਨ ਨੂੰ ਲਗਾ ਦਿੱਤਾ ਅੱਗੇ ਹੈ ਲੋਕ ਸੇਵਾਵਲ ਚੁਕਾ ਮਦਰ ਟੇਰੇਸਾ ਦਾ ਮਨ ਹਰ ਵੇਲੇ ਲੋਕ ਸੇਵਾਵਲ ਹੀ ਚੁਕੇ ਰਹਿੰਦਾ ਸੀ ਉਹ ਆਪਣਾ ਸਾਰਾ ਜੀਵਨ ਹੀ ਇਸ ਪਾਸੇ ਲਗਾਉਂਤੇ ਤੁਲੇ ਹੋਏ ਸਨ ਉਹ ਕਹਿੰਦੇ ਸਨ ਕਿ ਇੱਕ ਵਾਰ ਉਹ 1940ਵੇ ਨੂੰ ਦਾਰਜਲਿੰਗ ਜਾ ਰਹੇ ਸਨ ਕਿ ਉਹਨਾਂ ਦੇ ਅੰਦਰ ਇੱਕ ਆਵਾਜ਼ ਉੱਠੀ ਕਿ ਮੈਨੂੰ ਸਭ ਕੁਝ ਛੱਡ ਕੇ ਲੋਕ ਸੇਵਾ ਵਾਲੀ ਜੁਟ ਜਾਣਾ ਚਾਹੀਦਾ ਹੈ ਇਹ ਮਿਸ਼ਨਰੀਜ਼ ਆਫ ਚੈਰਿਟੀ ਦੀ ਸਥਾਪਨਾ ਕਲਕੱਤੇ ਦੇ ਮੋਲਾਲੀ ਖੇਤਰ ਵਿੱਚ ਜਗਦੀਸ਼ ਚੰਦਰ ਬਸੂ ਸੜਕ ਤੇ ਮਿਸ਼ਨਰੀਜ਼ ਆਫ ਚੈਰਿਟੀ ਦੀ ਸਥਾਪਨਾ ਕੀਤੀ ਜੋ ਦਿਨ ਰਾਤ ਉਹਨਾਂ ਵਿਅਕਤੀਆਂ ਦੀ ਸੇਵਾ ਵਿੱਚ ਲੱਗੀ ਹੋਈ ਹੈ ਜੋ ਲੋਕ ਦੁਖੀ, ਅਪੰਗ, ਨਿਆਸਰੇ, ਬਜ਼ੁਰਗ ਜਾਂ ਮੌਤ ਦੇ ਨੇੜੇ ਹੋਣ ਜਿਨ੍ਹਾਂ ਨੂੰ ਕੋਈ ਚੱਲਦਾ ਨਹੀਂ ਉਹਨਾਂ ਨੂੰ ਮਦਰ ਟੈਰੇਸਾ ਦੀ ਇਹ ਸੰਸਥਾ ਆਸਰਾ ਦਿੰਦੀ ਹੈ। ਇਸ ਕੇਂਦਰ ਦੀ ਸਥਾਪਨਾ 1950 ਵਿੱਚ ਕੀਤੀ ਗਈ। ਇਸ ਦੇ 36 ਦੇਸ਼ਾਂ ਵਿੱਚ 244 ਕੇਂਦਰ ਹਨ ਜਿੱਥੇ 300 ਸਿਸਟਰਜ਼ ਅਤੇ ਬ੍ਰਦਰਜ਼ ਨਿਸ਼ਕਾਮ ਸੇਵਾ ਕਰ ਰਹੇ ਹਨ। ਭਾਰਤ ਦੇ ਲਗਭਗ 215 ਹਸਪਤਾਲ ਅਜੇਹੀ ਹਨ ਜਿੱਥੇ ਮੁਫਤ ਇਲਾਜ ਕੀਤਾ ਜਾਂਦਾ ਹੈ। ਦੁਨੀਆਂ ਦੀਆਂ ਗੰਦੀਆਂ ਬਸਤੀਆਂ ਵਿੱਚ ਚਲਾਏ ਜਾਂਦੇ ਸਕੂਲਾਂ ਵਿੱਚੋਂ ਭਾਰਤ ਵਿੱਚ 60 ਸਕੂਲ ਕੰਮ ਕਰ ਰਹੇ ਹਨ ਅनाथ ਬੱਚਿਆਂ ਦੀ ਸੇਵਾ ਲਈ 70 ਅਤੇ ਬਜ਼ੁਰਗ ਵਿਅਕਤੀਆਂ ਲਈ 81 ਕੇਂਦਰ ਸਥਾਪਿਤ ਕੀਤੇ ਗਏ ਹਨ ਇਸ ਸੰਸਥਾ ਦੀ ਅਗਵਾਈ ਵਿੱਚ ਸੈਂਕੜੇ ਹੋਰ ਕੇਂਦਰ ਕੰਮ ਕਰਦੇ ਹਨ ਜੋ ਨਿਆਸਰਿਆਂ ਨੂੰ ਭੋਜਨ ਮੁਹੱਈਆ ਕਰਾਉਂਦੇ ਹਨ ਅੱਗੇ ਇਹ ਪੁਰਸਕਾਰ ਤੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਮਦਰ ਟੇਰੇਸਾ ਦੇ ਕੀਤੇ ਗਏ ਨਾ ਮਹਾਨ ਕਾਰਜਾਂ ਦੁਆਰਾ ਉਹਨਾਂ ਨੂੰ ਦੁਨੀਆ ਭਰ ਵਿੱਚ अनेका ਹੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ 1933 ਇਸੇ ਵਿੱਚ ਉਹਨਾਂ ਨੂੰ ਜohn Paul 23ਵੇਂ ਦਾ ਸ਼ਾਂਤੀ ਪੁਰਸਕਾਰ ਮਿਲਿਆ 1962 ਇਸੇ ਵਿੱਚ ਭਾਰਤ ਸਰਕਾਰ ਨੇ ਇਹਨਾਂ ਨੂੰ ਸ਼੍ਰੀ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ 1964 ਇਸੇ ਵਿੱਚ ਪੋਪ ਪਾਲ ਨੇ ਭਾਰਤ ਯਾਤਰਾ ਦੌਰਾਨ ਉਹਨਾਂ ਨੂੰ ਇੱਕ ਕਾਰਪੇਂਟ ਕੀਤੀ ਜਿਸ ਨੂੰ ਵੇਚ ਕੇ ਇਹਨਾਂ ਨੇ ਸਾਰੀ ਰਾਸ਼ੀ ਕੋੜੀਆਂ ਦੀ ਸੇਵਾ ਵਿੱਚ ਲਗਾ ਦਿੱਤੀ 19 ਦਸੰਬਰ 1979 ਨੂੰ ਇਹਨਾਂ ਨੂੰ ਸਰਵ ਵਿੱਚ ਉੱਚ ਨੋਬਲ ਪੁਰਸਕਾਰ ਪ੍ਰਦਾਨ ਕੀਤਾ ਗਿਆ 1993 ਇਸੇ ਵਿੱਚ ਇਹਨਾਂ ਨੂੰ ਰਾਜੀਵ ਗਾਂਧੀ ਪੁਰਸਕਾਰ ਦਿੱਤਾ ਗਿਆ ਅਗੇ ਦੇਹਾਂਤ ਪਿਛਲੀ ਕਾਫੀ ਸਮੇਂ ਤੋਂ ਬਿਮਾਰੀ ਨਾਲ ਜੂਝਦੀ ਹੋਈ ਮਦਰ ਟੇਰੈਸਾ 6 ਸਤੰਬਰ 1997 ਨੂੰ ਪਰਲੋਕ ਸਦਾਰ ਗਈ ਮਦਰ ਟੇਰੈਸਾ ਨੇ ਪਿਆਰ ਸੇਵਾ ਤੇ ममता ਦਾ ਜੋ ਬੀਜ ਭਾਰਤੀਆਂ ਦੇ ਦਿਲਾਂ ਵਿੱਚ ਬੀਜ ਦਿੱਤਾ ਹੈ ਉਹ ਹਮੇਸ਼ਾ ਹੀ ਪਨਪਦਾ ਰਹੇਗਾ ਭਾਰਤ ਵਾਸੀ ਕਦੇ ਵੀ ਮਦਰ ਟੇਰੈਸਾ ਦੀਆਂ ਕਾਰਗੁਜ਼ਾਰੀਆਂ ਨੂੰ ਨਹੀਂ ਭੁੱਲ ਸਕਣਗੇ ਸੰਸਾਰ ਦੇ ਇਸ ਇਤਿਹਾਸ ਵਿੱਚ ਮਦਰ ਦਾ ਨਾਮ ਤਾਰੇ ਵਾਂਗ ਚਮਕਦਾ ਰਹੇਗਾ ਤੇ ਬੱਚਿਓ ਏਸੀ ਆਪਣਾ ਲਈ ਇੱਕ ਮਦਰ ਟੇਰੈਸਾ ਜੇ ਸਮਝ ਆਇਆ ਹੋਵੇ ਚੰਗਾ ਲੱਗਿਆ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ